ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। 5H ਪੰਜਾਬ ਪਬਲਿਕ ਸਕੂਲ ਬੜਾ ਪਿੰਡ ਦਾ ਸਾਲਾਨਾ ਇਨਾਮ ਵੰਡ ਸਮਾਗਮ ਗੁਰਾਇਆ ਦੇ ਸਿਟੀ ਪੈਲਸ ਵਿਖੇ ਸਕੂਲ ਪ੍ਰਿੰਸੀਪਲ ਰਜਨੀ ਦੀ ਅਗਵਾਈ ਵਿੱਚ ਕਰਵਾਇਆ ਗਿਆ। ਇਸ ਸਾਲਾਨਾ ਇਨਾਮ ਵੰਡ ਸਮਾਗਮ ਵਿੱਚ SSP ਜਲੰਧਰ ਦਿਹਾਤੀ ਨਵਜੋਤ ਸਿੰਘ ਮਾਲ ਮੁੱਖ ਮਹਿਮਾਨ ਵਜੋਂ ਪੁੱਜੇ, ਜਿਨ੍ਹਾਂ ਦਾ ਸਮਾਗਮ 'ਚ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਨਵਜੋਤ ਸਿੰਘ ਮਾਲ ਨੇ ਸਮਾਗਮ ਦਾ ਆਗਾਜ਼ ਜੋਤੀ ਜਲਾ ਕੇ ਕੀਤਾ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਵਿਦਿਆ ਅਤੇ ਹੋਰ ਗਤੀਵਿਧੀਆਂ 'ਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਆਏ ਮਹਿਮਾਨਾਂ ਵੱਲੋਂ ਸਨਮਾਨਿਤ ਕੀਤਾ ਗਿਆ। ਆਪਣੇ ਸੰਬੋਧਨ 'ਚ SSP ਜਲੰਧਰ ਦਿਹਾਤੀ ਨਵਜੋਤ ਸਿੰਘ ਮਾਲ ਨੇ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਪ੍ਰੋਗਰਾਮ ਦੀ ਤਾਰੀਫ ਕਰਦੇ ਹੋਏ ਬੱਚਿਆਂ ਨੂੰ ਵਿਦਿਆ ਦੇ ਨਾਲ ਨਾਲ ਖੇਡਾਂ ਵਿੱਚ ਵੀ ਰੁਚੀ ਵਧਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਹਨਾਂ ਨੇ ਵਿਦੇਸ਼ 'ਚ ਰਹਿੰਦੇ ਮਨੀ ਰਾਜ ਸਿੰਘ ਵੱਲੋਂ ਸ਼ੁਰੂ ਕੀਤੇ ਗਏ ਇਸ ਕਾਰਜ ਦੀ ਵੀ ਸ਼ਲਾਘਾ ਕੀਤੀ। ਸਕੂਲ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰੂਪ ਸਿੰਘ ਕਢਿਆਣਾ, DSP ਫਲੋਰ, ਦਵਿੰਦਰ ਅਤਰੀ ਥਾਣਾ ਗੁਰਾਇਆ ਦੇ SHO ਕੇਵਲ ਸਿੰਘ, ਸਰਪੰਚ ਸੰਦੀਪ ਸਿੰਘ ਗਿੱਲ, ਡਾਕਟਰ ਰਾਜੀਵ ਦਿਓਲ, ਪ੍ਰਿੰਸੀਪਲ DAV ਕਾਲਜ ਫਲੋਰ, ਸਾਬਕਾ ਸਰਪੰਚ ਸਰਵਣ ਸਿੰਘ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਵਿਅਕਤੀ, ਸਕੂਲ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ। ਅੱਜ 5H ਪੰਜਾਬ ਪਬਲਿਕ ਸਕੂਲ ਦੇ ਐਨੂਅਲ ਫੰਕਸ਼ਨ 'ਤੇ ਮੈਂ ਆਇਆ। ਇੱਥੇ ਆ ਕੇ ਬਹੁਤ ਹੀ ਵਧੀਆ ਲੱਗਿਆ। ਜਦੋਂ ਮੈਨੂੰ ਇੱਥੇ ਪਤਾ ਲੱਗਿਆ ਕਿ ਇਹਨਾਂ ਦੇ ਜਿਹੜੇ ਚੇਅਰਮੈਨ ਮਿਸਟਰ ਮਨੀ ਜੀ ਨੇ, ਉਹ ਰਹਿਣ ਵਾਲੇ ਆਸਟ੍ਰੇਲੀਆ ਦੇ ਨੇ, ਪਰ ਇੱਥੇ ਇਹ ਸਕੂਲ ਚਲਾ ਰਹੇ ਐਂਡ ਇਹ ਸਕੂਲ ਦੀ ਕੁਆਲਿਟੀ ਆਫ ਐਜੂਕੇਸ਼ਨ ਇੰਨੀ ਅੱਛੀ ਹੈ, ਇਹ ਇਲਾਕੇ ਦੇ ਵਿੱਚ ਬਹੁਤ ਫਾਇਦੇਮੰਦ ਅਤੇ ਵਧੀਆ ਸਕੂਲ ਹੈ। ਮੈਂ ਸਾਰੇ ਹੀ ਔਰਗਨਾਈਜ਼ਰਸ ਨੂੰ, ਕਢਿਆਣਾ ਵੀ ਜਿਹੜੇ ਮੇਰੇ ਇੱਥੇ ਹਾਜ਼ਰ ਨੇ, ਅਤੇ ਬਾਕੀ ਸਾਰੇ ਸੱਜਣਾਂ ਨੂੰ, ਪ੍ਰਿੰਸੀਪਲ ਨੂੰ, ਸਕੂਲ ਦੇ ਬੱਚਿਆਂ ਨੂੰ ਅਤੇ ਸਕੂਲ ਦੇ ਬੱਚਿਆਂ ਦੇ ਪੇਰੈਂਟਸ ਨੂੰ ਬਹੁਤ ਬਹੁਤ ਵਧਾਈ ਦਿੰਦਾ। ਬਹੁਤ ਹੀ ਵਧੀਆ ਇਵੈਂਟ ਸੀ ਜਿਹਨੂੰ ਦੇਖ ਕੇ ਬਹੁਤ ਦਿਲੋਂ ਖੁਸ਼ੀ ਹੋਈ। ਥੈਂਕ ਯੂ ਸੋ ਮਚ। 5H ਪੰਜਾਬ ਪਬਲਿਕ ਸਕੂਲ ਬੜਾ ਪਿੰਡ ਦੇ ਓਨਰ ਸ਼੍ਰੀਮਾਨ ਮਣੀਰਾਜ ਜੀ, ਉਹਨਾਂ ਵੱਲੋਂ ਬੱਚਿਆਂ ਦੇ ਜਿਹੜਾ ਪ੍ਰਾਈਜ਼ ਡਿਸਟ੍ਰੀਬਿਊਟ ਦਾ ਐਨੂਅਲ ਫੰਕਸ਼ਨ ਰੱਖਿਆ ਗਿਆ ਸੀ। ਇਸ ਫੰਕਸ਼ਨ ਦੇ ਵਿੱਚ ਪ੍ਰਿੰਸੀਪਲ ਮੈਡਮ ਰਸ਼ਮੀ ਗੁਲਾਟੀ ਜੀ, ਇਸ ਪ੍ਰੋਗਰਾਮ ਦੇ ਵਿੱਚ ਸਾਡੇ ਜਲੰਧਰ ਦਿਹਾਤੀ ਦੇ ਸ਼੍ਰੀਮਾਨ ਨਵਜੋਤ ਸਿੰਘ ਜੀ ਮਾਹਲ SSP ਸਾਹਿਬ, ਉਹਨਾਂ ਨੇ ਸਪੈਸ਼ਲ ਤੌਰ 'ਤੇ ਇਸ ਪ੍ਰੋਗਰਾਮ ਵਿੱਚ ਹਾਜ਼ਰੀ ਲਗਵਾਈ। ਉਹਨਾਂ ਦੇ ਨਾਲ ਨਾਲ ਫਲੋਰ ਤੋਂ DSP ਸਾਹਿਬ ਸਰਦਾਰ ਦਵਿੰਦਰ ਸਿੰਘ ਜੀ ਅਤਰੀ ਅਤੇ ਨਾਲ ਗੁਰਾਇਆ ਤੋਂ SHO ਸਾਹਿਬ ਸਰਦਾਰ ਕੇਵਲ ਸਿੰਘ, ਹੋਰ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ, ਬਲਾਕ ਸਮਿਤੀ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਇਲਾਕੇ ਭਰ ਦੀਆਂ ਪੰਚਾਇਤਾਂ, ਸਰਪੰਚ, ਪੰਚ, ਮੁਖੀ ਸ਼ਖਸੀਅਤਾਂ ਜਿਹੜੀਆਂ ਸਨ, ਉਹਨਾਂ ਸਾਰਿਆਂ ਨੇ ਇਸ ਪ੍ਰੋਗਰਾਮ ਦਾ ਹਿੱਸਾ ਬਣ ਕੇ ਬਹੁਤ ਵੱਡਾ ਇਲਾਕੇ ਦਾ ਅਤੇ ਸਕੂਲ ਦਾ ਮਾਣ ਵਧਾਇਆ। ਮੈਂ ਆਪਣੇ ਵੱਲੋਂ ਅਤੇ ਆਪਣੀ ਸਾਰੀ ਟੀਮ ਵੱਲੋਂ, ਲੋਕ ਇਨਸਾਫ ਪਾਰਟੀ ਵੱਲੋਂ ਸ਼੍ਰੀਮਾਨ ਮਣੀਰਾਜ ਜੀ ਹੁਣਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਅਤੇ ਪਰਮਾਤਮਾ ਬਾਰੇ ਅਰਦਾਸ ਕਰਦਾ ਕਿ ਜਿਸ ਮਕਸਦ ਨੂੰ ਰੱਖ ਕੇ ਇਹ ਸਕੂਲ 1992 ਵਿੱਚ ਸ਼ੁਰੂ ਕੀਤਾ ਸੀ, ਉਹ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਤਰੀਕੇ ਨਾਲ ਸੋਹਣਾ ਕੰਮ ਕਰ ਰਿਹਾ। ਅਰਦਾਸ ਹੈ ਵਾਹਿਗੁਰੂ ਅੱਗੇ ਕਿ ਇਹ ਸਕੂਲ ਇਸ ਇਲਾਕੇ ਦੀ ਹੋਰ ਵੀ ਹੌਸਲਾ ਅਫਜ਼ਾਈ ਕਰੇ, ਬੱਚਿਆਂ ਨੂੰ ਅੱਛੀ ਐਜੂਕੇਸ਼ਨ ਦੇ ਕੇ ਇਲਾਕੇ ਦਾ ਭਵਿੱਖ ਸਵਾਰਨ ਵਿੱਚ ਆਪਣਾ ਵੱਧ ਚੜ੍ਹ ਕੇ ਯੋਗਦਾਨ ਪਾਵੇ। ਮੈਂ ਇਹਨਾਂ ਸ਼ਬਦਾਂ ਨਾਲ ਇਹਨਾਂ ਦਾ ਅਤੇ ਸਾਰੇ ਮਾਪਿਆਂ ਦਾ, ਜਿਨ੍ਹਾਂ ਜਿਨ੍ਹਾਂ ਨੇ ਪ੍ਰੋਗਰਾਮ ਅਰੇਂਜ ਕੀਤਾ, ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ। ਪੱਤਰਕਾਰ ਸਾਹਿਬਾਨ, ਸਾਰਾ ਪੁਲਿਸ ਪ੍ਰਸ਼ਾਸਨ, ਸਭਨਾਂ ਨੇ ਬਹੁਤ ਸਹਿਯੋਗ ਦਿੱਤਾ ਅਤੇ ਛੋਟੇ ਬੱਚਿਆਂ ਦੀਆਂ ਵੱਡੀਆਂ ਵੱਡੀਆਂ ਪਰਫੋਰਮੈਂਸ, ਉਹਨਾਂ ਦੀਆਂ ਪੇਸ਼ਕਸ਼ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਸੀ
ਵੀ ਇਹ ਬੱਚੇ ਨਿੱਕੇ ਨੇ ਪਰ ਇਹਨਾਂ ਦੀ ਪਰਫੋਰਮੈਂਸ ਬਾ ਕਮਾਲ, ਅਤੇ ਉਹਨਾਂ ਬੱਚਿਆਂ ਦੀ ਤਿਆਰੀ ਦੇਖ ਕੇ ਆਪਣੇ ਆਪ ਮੂਹਰੇ ਬੈਠਿਆਂ ਬੜਾ ਪ੍ਰਾਊਡ ਫੀਲ ਹੋ ਰਿਹਾ ਸੀਗਾ, ਅਤੇ ਪਰਮਾਤਮਾ ਕਿਰਪਾ ਕਰੇ ਇਹ ਬੱਚੇ ਸਾਡੇ ਦੇਸ਼ ਦਾ ਭਵਿੱਖ ਨੇ, ਆਉਣ ਵਾਲੇ ਸਮੇਂ ਵਿੱਚ ਉੱਚੇ ਅਹੁਦਿਆਂ ਦੇ ਉੱਤੇ ਬਹਿ ਕੇ ਇਹ ਸਮਾਜ ਦੀ ਸਹੀ ਉਸਾਰੀ ਵਿੱਚ ਆਪਣਾ ਯੋਗਦਾਨ ਪਾ ਸਕਣ। ਅੱਜ 5 ਵਿੱਚ ਪੰਜਾਬ ਪਬਲਿਕ ਸਕੂਲ ਬੜਾ ਪਿੰਡ ਦਾ ਐਨੁਅਲ ਪ੍ਰਾਈਜ਼ ਡਿਸਟ੍ਰੀਬਿਊਸ਼ਨ ਕਮ ਕਲਚਰਲ ਪ੍ਰੋਗਰਾਮ ਸਿਟੀ ਪੈਲਸ ਹੋਟਲ ਸੋਲ ਗੁਰਾਇਆ ਮੈਂ ਬੜੀ ਧੂਮਧਾਮ ਸੇ ਮਨਾਇਆ ਗਿਆ। ਸ਼੍ਰੀ ਨਵਜੋਤ ਸਿੰਘ ਜੀ ਮਹਲ SSP ਜਲੰਧਰ ਰੂਰਲ ਨੇ ਚੀਫ ਗੈਸਟ ਕੇ ਤੌਰ ਪਰ ਪਹੁੰਚ ਕਰ ਹਮਾਰੇ ਹੋਣਹਾਰ ਵਿਦਿਆਰਥੀਓ ਕੋ ਸਨਮਾਨਿਤ ਕੀਆ, ਉਸਕੇ ਲੀਏ ਹਮ ਪੂਰੀ 5S ਸੰਸਥਾ ਕੀ ਤਰਫ ਸੇ ਮੈਂ ਉਨਕਾ ਧੰਨਵਾਦ ਕਰਤੀ ਹੂੰ।